ਦਾਦਾ ਪੈਦਾ ਹੋਏ, ਪਲੇ ਬੜੇ, 14-15 ਸਾਲ ਸੀ ਦਿੱਸੀ ਜਦੋਂ ਲਾਹੌਰ ਆ ਗਏ ਸੀ, ਫਿਰ ਆਪਣਾ ਕਾਰੋਬਾਰ ਸ਼ੁਰੂ ਕੀਤਾ ਉਹਨਾਂ ਨੇ। ਮੈਨੂੰ ਪਤਾ ਹੈ ਕਿ ਉਹਨਾਂ ਦਾ ਜਿਹੜਾ ਘਰ ਹੈ ਜਾਤੀ ਉਮਰਾਂ ਦੇ ਵਿੱਚ, ਉਹਨੂੰ ਅੱਜ ਵੀ ਪ੍ਰਿਜ਼ਰਵ ਕੀਤਾ ਹੋਇਆ ਉਹਨਾਂ ਨੇ, ਅਤੇ ਉਹਨਾਂ ਦੇ ਘਰ ਦਾ ਜਿਹੜਾ ਦਰਵਾਜ਼ਾ ਹੈ ਉਹਨੂੰ ਉਹਨਾਂ ਨੇ ਪ੍ਰਿਜ਼ਰਵ ਕਰਕੇ, ਜੋ ਉਨਕੀ ਜੋ ਰਹਿਣੇ ਕੀ ਜਗ੍ਹਾ ਸੀ ਜਿੱਥੇ ਉਹ ਰਹਿੰਦੇ ਸੀ ਉਹ ਘਰ, ਅਤੇ ਉੱਥੇ ਉਹਨਾਂ ਨੇ ਇਬਾਦਤ ਗਾਹ ਬਣਾਈ ਹੈ, ਅਤੇ ਘਰ ਦਾ ਦਰਵਾਜ਼ਾ ਅੱਜ ਵੀ ਉਸ ਤਰ੍ਹਾਂ ਹੀ ਰੱਖਿਆ ਹੋਇਆ। ਅਤੇ ਜਦੋਂ ਕੋਈ ਇੰਡੀਆ ਤੋਂ ਇੱਕ ਵਾਰੀ ਕੋਈ ਜਾਤੀ ਉਮਰਾਂ ਤੋਂ ਆਇਆ ਅਤੇ ਉਹ ਮਿੱਟੀ ਲੈ ਕੇ ਆਇਆ ਉੱਥੇ ਦੀ, ਤਾਂ ਉਹ ਮੈਂ ਆਪਣੇ ਦਾਦਾ ਦੀ ਕਬਰ ਦੇ ਉੱਤੇ ਪਾ ਦਿੱਤੀ। ਜੀ 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 ਅਤੇ ਮੈਂ ਜਦੋਂ ਚੀਫ ਮਿਨਿਸਟਰ ਬਣੀ ਅਤੇ ਮੈਨੂੰ ਇੰਡੀਆ ਦੇ ਪੰਜਾਬ ਤੋਂ ਵੀ ਬੜੀਆਂ ਮੁਬਾਰਕਾਂ ਆਈਆਂ। ਮੈਨੂੰ ਅਰੋੜਾ ਸਾਹਿਬ ਨੇ ਦੱਸਿਆ ਕਿ ਇਹਨਾਂ ਨੂੰ ਫੋਨ ਆ ਰਹੇ ਨੇ, ਅਤੇ ਮੈਨੂੰ ਇਸ ਤਰ੍ਹਾਂ ਲੱਗਾ ਜਿਸ ਤਰ੍ਹਾਂ ਇਹ ਬਾਰਡਰ ਵਿੱਚ ਨਹੀਂ ਹੈਗਾ, ਅਤੇ ਲੋਕਾਂ ਨੇ ਪੰਜਾਬ ਦੇ, ਚਾਹੇ ਉਹ ਇਸ ਪੰਜਾਬ ਦੇ ਹੋਣ ਜਾਂ ਇੰਡੀਅਨ ਪੰਜਾਬ ਦੇ ਹੋਣ, ਉਹਨਾਂ ਨੇ ਇੱਕ ਬੇਟੀ, ਪਹਿਲੀ ਬੇਟੀ ਜਿਹੜੀ ਇੰਡੀਅਨ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਬਣੀ, ਉਹਨਾਂ ਨੇ ਬੜਾ ਸੈਲੀਬ੍ਰੇਟ ਕੀਤਾ ਹੈ, ਅਤੇ ਅੱਜ ਮੈਨੂੰ ਆ ਕੇ ਅਹਿਸਾਸ ਹੋਇਆ ਕਿ ਇਹ ਗੱਲ ਸੱਚ ਹੈ। ਬੋਲੇ ਅਤੇ ਅੱਜ ਮੈਂ ਦਰਾਂਤੀ ਦੇ ਨਾਲ ਗੰਦਮ ਦੀ ਕਟਾਈ ਦਾ ਆਗਾਜ਼ ਕਰਕੇ ਆਈ ਹਾਂ। ਅੱਜ ਮੈਂ ਪਹਿਲੀ ਵਾਰੀ ਕੀਤੀ, ਮੈਨੂੰ ਕਰਨੀ ਵੀ ਨਹੀਂ ਆ ਰਹੀ ਸੀ, ਮੈਂ ਉਹਨਾਂ ਕੋਲੋਂ ਪੁੱਛਿਆ ਮੈਂ ਕਿਹਾ ਕਰੀਦਾ ਕਿਸ ਤਰ੍ਹਾਂ, ਅਤੇ ਇਹਨਾਂ ਨੇ ਮੈਨੂੰ ਦੱਸਿਆ ਕਿ ਇਸ ਤਰ੍ਹਾਂ ਕਰੀਦਾ, ਅਤੇ ਮੈਨੂੰ ਇਹ ਖੁਸ਼ੀ ਹੈ। ਮੈਂ ਸੁਣਿਆ ਸੀ, ਮੈਂ ਪੜ੍ਹਿਆ ਵੀ ਸੀ ਕਿ ਇੱਥੇ ਬਾਬਾ ਗੁਰੂ ਨਾਨਕ ਸਾਹਿਬ ਜਿਹੜੇ ਸੀ, ਉਹਨਾਂ ਨੇ ਇਹ ਉਹਨਾਂ ਦੇ ਖੇਤ ਸਨ, ਉਹਨਾਂ ਨੇ ਇੱਥੇ ਖੁਦ ਜਿਹੜੀ ਕਟਾਈ ਕਰਦੇ ਸਨ, ਗੰਦਮ ਕਾਸ਼ ਕਰਦੇ ਸਨ, ਅਤੇ ਫਿਰ ਖੁਦ ਰੋਟੀ ਪਕਾ ਕੇ ਲੋਕਾਂ ਦੀ ਸੇਵਾ ਵੀ ਕਰਦੇ ਸਨ। ਅਤੇ ਮੈਨੂੰ ਇਹ ਵੀ ਖੁਸ਼ੀ ਹੈ ਕਿ ਇਹ ਜਿਹੜੀ ਗੰਦਮ ਹੈ ਇੱਥੋਂ ਦੀ, ਹੁਣ ਉਹ ਲੋਕਾਂ ਦੀ ਜਿਹੜੀ ਲੰਗਰ ਸਾਹਿਬ ਹੈ ਉੱਥੇ ਇਸਤੇਮਾਲ ਹੋਏਗੀ ਲੋਕਾਂ ਦੀ ਸੇਵਾ 'ਤੇ। ਅੱਜ ਅਸੀਂ ਸਰਕਾਰੀ ਤੌਰ 'ਤੇ ਪਹਿਲੀ ਵਾਰੀ ਜਿਹੜਾ ਵਿਸਾਖੀ ਦਾ ਤਿਉਹਾਰ ਮਨਾ ਰਹੇ ਹਾਂ, ਅਤੇ ਤੁਸੀਂ ਸਾਰੇ ਪੰਜਾਬ ਦੇ ਹੋ, ਮੈਂ ਵੀ ਪਾਕਿਸਤਾਨੀ ਹਾਂ, ਲੇਕਿਨ ਮੈਂ ਵੀ ਠੇਠ ਪੰਜਾਬੀ ਹਾਂ। ਬੋਲੇ ਸੋਨਿਆ, ਅਤੇ ਮੈਂ ਜਾਣਦੀ ਹਾਂ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਖੁਸ਼ ਹੋਣਾ ਜਾਣਦੇ ਨੇ, ਉਹਨਾਂ ਨੂੰ ਖੁਸ਼ੀਆਂ ਮਨਾਉਣੀ ਆਉਂਦੀ ਹੈ, ਅਤੇ ਮੈਂ ਇੱਥੇ ਆ ਕੇ ਅੱਜ ਬਹੁਤ ਖੁਸ਼ ਹੋਈ ਹਾਂ, ਔਰ ਵਿਸਾਖੀ ਦਾ ਤਿਉਹਾਰ ਤੁਹਾਡੇ ਨਾਲ ਮਨਾ ਕੇ ਮੈਂ ਬਹੁਤ ਖੁਸ਼ ਹੋਈ ਹਾਂ। ਪੰਜਾਬ ਤੁਹਾਡੇ ਸਾਰਿਆਂ ਦੀ ਤਰ੍ਹਾਂ ਮੇਰੇ ਦਿਲ 'ਚ ਵੱਸਦਾ ਹੈ, ਅਸੀਂ ਪੰਜਾਬ 'ਚ ਵੱਸਦੇ ਹਾਂ, ਪੰਜਾਬ ਸਾਡੇ ਦਿਲ 'ਚ ਵੱਸਦਾ, ਅਤੇ ਸਾਡਾ ਇਹ ਰਿਸ਼ਤਾ ਵੀ ਹੈਗਾ। ਅਤੇ ਮੈਂ ਹੁਣੇ ਗਈ ਸਾਂ ਬਾਰਡਰ 'ਤੇ, ਅਤੇ ਦੂਸਰੀ ਸਾਈਡ 'ਤੇ ਗੁਰਦਾਸਪੁਰ ਸੀ, ਇਹ ਸਾਡੇ ਪੰਜਾਬ ਦੇ ਪਹਿਲੇ ਨਹੀਂ ਬਲਕਿ ਪਾਕਿਸਤਾਨ ਦੇ ਪਹਿਲੇ ਅਰੋੜਾ ਸਾਹਿਬ ਜਿਹੜੇ ਨੇ ਮੇਰੇ ਜਿਹੜੇ ਭਰਾ ਨੇ, ਇਹ ਪੰਜਾਬ ਦੇ ਪਹਿਲੇ, ਪਾਕਿਸਤਾਨ ਦੇ ਪਹਿਲੇ ਸਿੱਖ ਮਿਨਿਸਟਰ ਨੇ। ਇਹ ਵੀ ਨਵਾਜ਼ ਸ਼ਰੀਫ ਸਾਹਿਬ ਦੀ ਹਕੂਮਤ ਹੈ, ਉਹਦੇ ਵਿੱਚ ਪਹਿਲਾ ਕੋਈ ਸਿੱਖ ਜਿਹੜਾ ਸਾਡਾ ਭਰਾ ਹੈ ਉਹ ਮਿਨਿਸਟਰ ਬਣਿਆ, ਅਤੇ ਮੈਨੂੰ ਪੂਰੀ ਦੁਨੀਆ ਦੇ ਸਿੱਖਾਂ ਦੀ ਮੁਬਾਰਕਬਾਦ ਆਈ। ਜਦੋਂ ਪਾਰਲੀਮੈਂਟ 'ਚ ਮੈਂ ਇਹਨਾਂ ਨੂੰ ਬੈਠੇ ਦੇਖਦੀ ਹਾਂ, ਮੈਨੂੰ ਬੜੀ ਖੁਸ਼ੀ ਹੁੰਦੀ ਹੈ, ਅਤੇ ਮੈਂ ਲੇਕਿਨ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹੁੰਦੀ ਹਾਂ ਕਿ 90s ਦੇ ਵਿੱਚ ਇਹ ਜਦੋਂ MPA ਬਣੇ, ਤਾਂ ਸਭ ਤੋਂ ਪਹਿਲੇ MPA ਥੇ ਇਹ ਪੰਜਾਬ
ਸੌਰੀ ਪਾਕਿਸਤਾਨ ਮੇਂ ਸਿੱਖ ਐਮ ਪੀ ਏ ਨਵਾਜ਼ ਸ਼ਰੀਫ ਸਾਹਿਬ ਨੇ ਇਨਕੋ ਬਣਾਇਆ ਥਾ ਅਤੇ ਇਹਨਾਂ ਨੇ ਕਿਹਾ ਕਿ ਜਦੋਂ ਸੜਕਾਂ ਵੇਖੋ, ਮੋਟਰਵੇਜ਼ ਦੇਖੋ, ਤਰੱਕੀ ਦੇਖੋ ਤਾਂ ਤੁਹਾਨੂੰ ਨਵਾਜ਼ ਸ਼ਰੀਫ ਯਾਦ ਆਉਂਦਾ। ਮੈਂ ਜਦੋਂ ਸਿਰਫ ਤਰੱਕੀ ਅਤੇ ਮੋਟਰਵੇਜ਼, ਸੜਕਾਂ, ਟਰਾਂਸਪੋਰਟ ਸਿਸਟਮ, ਇਹ ਸਾਰਾ ਕੁਛ ਜਿਹੜਾ ਕੀਤਾ ਨਵਾਜ਼ ਸ਼ਰੀਫ ਨੇ ਕੀਤਾ, ਇਹ ਗੱਲ ਸੱਚ ਹੈ। ਲੇਕਿਨ ਜਦੋਂ ਤੁਸੀਂ ਦੇਖਦੇ ਹੋ ਕਿ ਬਾਰਡਰ ਖੁੱਲ੍ਹਦਾ, ਤੁਸੀਂ ਇੱਥੇ ਆਉਂਦੇ ਹੋ, ਆਪਣੇ ਮੁਕੱਦਸ ਮਕਾਮਾਤ 'ਤੇ ਆਉਂਦੇ ਹੋ, ਤਾਂ ਵੀ ਮੈਨੂੰ ਨਵਾਜ਼ ਸ਼ਰੀਫ ਯਾਦ ਆਉਂਦਾ। ਕਿਉਂ ਕਹਿੰਦਾ ਸੀ, ਨਹੀਂ ਲੜਾਈ ਨਹੀਂ ਕਰਨੀ ਹਮਸਾਇਆਂ ਨਾਲ, ਦਰਵਾਜ਼ੇ ਖੋਲ੍ਹੋ, ਦੋਸਤੀ ਦੇ ਦਰਵਾਜ਼ੇ ਖੋਲ੍ਹੋ, ਦਿਲਾਂ ਦੇ ਦਰਵਾਜ਼ੇ ਖੋਲ੍ਹੋ, ਮੁਲਕਾਂ ਦੇ ਦਰਵਾਜ਼ੇ ਖੋਲ੍ਹੋ। ਅਤੇ ਮੈਂ ਪੰਜਾਬ ਦੀ ਧੀ ਹੋਣ ਦੇ ਨਾਤੇ, ਤੁਹਾਡੀ ਭੈਣ ਹੋਣ ਦੇ ਨਾਤੇ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ, ਚਾਹੇ ਉਹ ਇੰਡੀਅਨ ਪੰਜਾਬ ਹੋਏ ਜਾਂ ਪੰਜਾਬ ਪਾਕਿਸਤਾਨੀ ਪੰਜਾਬ ਹੋ, ਮੈਂ ਆਪਣੇ ਬਜ਼ੁਰਗਾਂ ਦਾ, ਆਪਣੇ ਜਿਹੜੇ ਭਰਾ ਨੇ ਉਹਨਾਂ ਦਾ, ਸਭ ਦਾ ਜਿਹੜਾ ਪੱਗ ਹੈ ਉਹਦਾ ਸ਼ਿਮਲਾ ਮੈਂ ਇਨਸ਼ਾਅੱਲਾ ਉੱਚਾ ਰੱਖਾਂਗੀ। ਅਤੇ ਪਾਕਿਸਤਾਨ ਦਾ ਇਜ਼ਾਜ਼ ਹੈ, ਮੇਰਾ ਇਜ਼ਾਜ਼ ਹੈ, ਪੰਜਾਬ ਦਾ ਇਜ਼ਾਜ਼ ਹੈ, ਪਾਕਿਸਤਾਨੀ ਹੋਣੇ ਦੇ ਨਾਤੇ ਮੇਰਾ ਇਜ਼ਾਜ਼ ਹੈ ਕਿ ਪਾਕਿਸਤਾਨ ਉਹ ਇਹ ਜਗ੍ਹਾ ਹੈ ਜਿੱਥੇ ਚੰਦ ਹਫ਼ਤਿਆਂ ਦੇ ਅਰਸੇ ਵਿੱਚ ਅਸੀਂ ਰਮਜ਼ਾਨ ਵੀ ਮਨਾਇਆ, ਈਦ ਵੀ ਮਨਾਈ, ਈਸਟਰ ਵੀ ਮਨਾਇਆ, ਅਤੇ ਅਸੀਂ ਹੁਣ ਇਹ ਵਿਸਾਖੀ ਦਾ ਮੇਲਾ ਵੀ ਮਨਾ ਰਹੇ ਹਾਂ, ਅਤੇ ਵਿਸਾਖੀ ਦਾ ਤਿਉਹਾਰ ਵੀ ਮਨਾ ਰਹੇ ਹਾਂ, ਹੋਲੀ ਮਨਾਈ ਅਸੀਂ। ਮੈਂ ਸਮਝਦੀ ਹਾਂ ਕਿ ਸਾਡੇ ਦਿਲ ਬਹੁਤ ਵੱਡੇ ਨੇ, ਔਰ ਜਦੋਂ ਇੱਕ ਦੂਸਰੇ 'ਤੇ ਮੁਸੀਬਤ ਆਉਂਦੀ ਹੈ, ਅੱਲਾ ਨਾ ਕਰੇ ਕਦੀ ਆਏ, ਜਦੋਂ ਇੱਕ ਦੂਸਰੇ 'ਤੇ ਮੁਸ਼ਕਿਲ ਵਕਤ ਆਉਂਦਾ, ਸਭ ਆਪਣੇ ਦਿਲ ਦੇ ਵੀ ਦਰਵਾਜ਼ੇ ਖੋਲ੍ਹਦੇ ਨੇ, ਸਭ ਦੁਆ ਵਾਸਤੇ ਹੱਥ ਵੀ ਉਠਾਉਂਦੇ ਨੇ। ਅਤੇ ਮੇਰਾ ਦਿਲ ਹੈ ਕਿ ਪਾਕਿਸਤਾਨ ਉਹ ਐਸੀ ਜਗ੍ਹਾ ਬਣੇ ਜਿੱਥੇ ਤੁਸੀਂ ਉਹਨੇ ਕਿਹਾ ਕਿ ਅਸੀਂ ਮਾਈਨੋਰਿਟੀਜ਼ ਦੇ ਵਿੱਚ ਵੀ ਮਾਈਨੋਰਿਟੀਜ਼ ਹਾਂ, ਐਸਾ ਨਹੀਂ ਹੈ। ਤੁਸੀਂ ਚਾਹੇ ਭਾਵੇਂ 15,000 ਹੋਵੋ ਜਾਂ 25,000 ਹੋਵੋ ਜਾਂ 25 ਲੱਖ ਹੋ, ਸਾਡੇ ਸਿਰ ਅੱਖਾਂ 'ਤੇ ਬੋਲੇ। ਅਤੇ ਮੈਂ ਬਾਬਾ ਗੁਰੂ ਨਾਨਕ ਜੀ ਦਾ ਮੈਂ ਬੜਾ ਮੁਤਾਲਾ ਵੀ ਕੀਤਾ, ਮੇਰਾ ਇੰਟਰਸਟ ਵੀ ਹੈ। ਖੇਤੀ ਸਾਹਿਬ ਤੋਂ ਮੈਂ ਹੁਣੇ ਆਈ ਹਾਂ, ਅਤੇ ਅੱਜ ਮੈਂ ਲੰਗਰ ਸਾਹਿਬ ਵੀ ਜਾਣਾ ਤੁਹਾਡੇ ਨਾਲ, ਮੈਂ ਖਾਣਾ ਵੀ ਖਾਣਾ। ਅਤੇ ਮੈਂ 3 ਉਹਨਾਂ ਦੀ ਤਾਲੀਮਾਤ ਸਨ, ਇੱਕ ਨਾਮ ਜਪਣਾ, ਜਿਹਨੂੰ ਤੁਸੀਂ ਕਹਿੰਦੇ ਹੋ ਕਿ ਇਸ ਪੂਰੇ ਕਾਇਨਾਤ ਦਾ, ਪੂਰੇ ਯੂਨੀਵਰਸ ਦਾ ਇੱਕ ਹੀ ਤਾਕਤ ਹੈ ਜਿਹੜੀ ਉਹਨੂੰ ਚਲਾਉਂਦੀ ਹੈ, ਤੁਸੀਂ ਵੀ ਮੰਨਦੇ ਹੋ, ਅਸੀਂ ਵੀ ਮੰਨਦੇ ਹਾਂ। ਅਤੇ ਉਹ ਜਿਹੜਾ ਵਾਹਿਦ ਉੱਤੇ ਬੈਠਿਆ ਹੋਇਆ, ਜਿਹੜਾ ਦੁਨੀਆ ਦਾ, ਕਾਇਨਾਤ ਦਾ ਨਿਜ਼ਾਮ ਚਲਾ ਰਿਹਾ। ਅਤੇ ਦੂਸਰਾ ਕਿਰਤ ਕਰਨਾ, ਹਲਾਲ ਦੀ ਕਮਾਈ ਜਿਹੜੀ ਹੁੰਦੀ, ਕਿ ਆਪਣੀ ਮਿਹਨਤ ਕਰਕੇ ਕਮਾ ਕੇ ਖਾਣਾ, ਸਾਡਾ ਵੀ ਇਹੀ ਇਮਾਨ ਹੈ, ਸਾਨੂੰ ਵੀ ਸਾਡੇ ਮਜ਼ਹਬ ਨੇ, ਇਸਲਾਮ ਨੇ ਇਹੀ ਤਾਲੀਮ ਦਿੱਤੀ ਹੈ। ਅਤੇ ਫਿਰ ਜਿਹਨੂੰ ਕਹਿੰਦੇ ਵੰਡ ਛਕਣਾ, ਚੈਰਿਟੀ ਦਾ ਜੋ ਕੌਨਸੈਪਟ ਹੈ, ਜਿਹੜਾ ਅਸੀਂ ਕਹਿੰਦੇ ਹਾਂ ਕਿ ਜਿਹੜਾ ਸਾਡੀ ਜ਼ਕਾਤ ਦਾ ਜੋ ਕੌਨਸੈਪਟ ਹੈ ਸਾਡੇ ਦੀਨ ਦੇ ਵਿੱਚ, ਤੁਹਾਡਾ ਵੀ ਉਹੀ ਕੌਨਸੈਪਟ ਹੈ ਕਿ ਖਿਦਮਤ ਕਰੋ, ਵੰਡੋ ਲੋਕਾਂ ਨੂੰ, ਦਿਓ। ਅਤੇ ਮੈਨੂੰ ਬੜਾ ਅੱਛਾ ਲੱਗਦਾ, ਜਿਸ ਤਰ੍ਹਾਂ ਹਰ ਚੀਜ਼ ਦੇ ਨਾਲ ਤੁਸੀਂ ਸਾਹਿਬ ਲਾਉਂਦੇ ਹੋ, ਹਰ ਚੀਜ਼ ਦੇ ਨਾਲ ਤੁਸੀਂ ਜੀ ਲਾਉਂਦੇ ਹੋ, ਆਪ ਜੀ। ਮੈਂ ਹੁਣੇ ਮਰੀਮ ਔਰੰਗਜ਼ੇਬ ਸਾਹਿਬਾਂ ਨੂੰ ਕਹਿ ਰਹੀ ਸਾਂ, ਮੈਂ ਕਿਹਾ ਮੈਨੂੰ ਬੜਾ ਅੱਛਾ ਲੱਗਦਾ ਤੁਸੀਂ ਕਹਿ ਰਹੇ ਸੀ ਆਪ ਜੀ, ਅਤੇ ਹਰ ਚੀਜ਼ ਦੇ ਨਾਲ ਸਾਹਿਬ ਲਾਉਂਦੇ ਹੋ, ਇੱਜ਼ਤ ਕਰਦੇ ਹੋ, ਇੱਜ਼ਤ ਦਿੰਦੇ ਹੋ। ਇੱਕ ਮੇਰਾ ਬੜਾ ਦਿਲ ਕਰਦਾ ਹੈ ਕਿ ਤੁਸੀਂ ਜਿਹੜਾ, ਤੁਸੀਂ ਜਿਸ ਤਰ੍ਹਾਂ ਇੰਡੀਆ ਦੇ ਪੰਜਾਬੀ, ਜਿਸ ਤਰ੍ਹਾਂ ਪੰਜਾਬੀ ਖੁੱਲ੍ਹ ਕੇ ਬੋਲਦੇ ਨੇ, ਮੇਰਾ ਦਿਲ ਕਰਦਾ ਹੈ ਕਿ ਪਾਕਿਸਤਾਨੀ ਪੰਜਾਬੀ ਵੀ ਇਸ ਤਰ੍ਹਾਂ ਫਖਰ ਦੇ ਨਾਲ ਪੰਜਾਬੀ ਦੀ ਜ਼ੁਬਾਨ ਬੋਲਣ। ਅਤੇ ਮੈਂ ਇੱਥੇ ਤਾਂ ਮੈਂ ਅੱਜ ਆਈ ਹਾਂ, ਲੇਕਿਨ
ਜਦੋਂ ਮੈਂ ਓਥ ਲਿੱਤਾ ਆਪਣਾ ਅਤੇ ਉਸ ਤੋਂ ਬਾਅਦ ਮੈਂ ਟੂਰਿਜ਼ਮ ਦੇ ਉੱਤੇ ਕੰਮ ਕਰ ਰਹੀ ਸਾਂ, ਪਲੈਨ ਬਣਾ ਰਹੀ ਸਾਂ, ਅਤੇ ਮੈਂ ਦੇਖਿਆ ਕਿ ਇੱਕ ਪੂਰਾ ਕੋਰੀਡੋਰ ਬਣਦਾ ਹੈ ਤੁਹਾਡੀ ਜਿਹੜੀ ਮੁਕੱਦਸ ਮਕਾਮਾਤ ਦੇ ਉਹਨਾਂ ਦਾ, ਅਤੇ ਮੈਂ ਸੋਚ ਰਹੀ ਸਾਂ ਕਿ ਅਸੀਂ ਕੁਛ ਐਸਾ ਕਰੀਏ ਕਿ ਤੁਹਾਡੇ ਵਾਸਤੇ ਆਸਾਨੀ ਹੋਵੇ, ਜਦੋਂ ਤੁਸੀਂ ਇੱਥੇ ਆਓ ਤਾਂ ਤੁਹਾਨੂੰ ਰਹਿਣ ਦੀ, ਰਹਿਣ ਸਹਿਣ ਦੀ ਕੋਈ ਬਿਹਤਰ ਕੋਈ ਬੋਰਡਿੰਗ ਐਂਡ ਲੋਜਿੰਗ ਫੈਸਿਲਿਟੀਜ਼ ਤੁਹਾਨੂੰ ਮਿਲਣ, ਕੋਈ ਅੱਛੇ ਹੋਟਲ ਇੱਥੇ ਬਣਾਏ ਜਾਣ। ਮੈਨੂੰ ਕੈਨੇਡਾ ਤੋਂ, ਅਮੈਰੀਕਾ ਤੋਂ ਸਿੱਖਾਂ ਦੇ ਪੈਗਾਮਾਤ ਵੀ ਆਉਂਦੇ ਨੇ ਕਿ ਅਸੀਂ ਇਨਵੈਸਟ ਕਰਨਾ ਚਾਹੁੰਦੇ ਹਾਂ, ਸਾਨੂੰ ਦਿਓ ਮੌਕਾ, ਅਸੀਂ ਖਿਦਮਤ ਕਰਨਾ ਚਾਹੁੰਦੇ ਹਾਂ। ਅਤੇ ਮੈਂ ਸਭ ਨੂੰ ਕਹਿੰਦੀ ਹਾਂ ਕਿ ਜਿਹੜੇ ਕਰਨਾ ਚਾਹੁੰਦੇ ਨੇ ਇਨਵੈਸਟ, ਉਹ ਸਾਡੇ ਨਾਲ ਰਾਬਤਾ ਕਰਨ। ਲੇਕਿਨ ਅਸੀਂ ਵੀ, ਪੰਜਾਬ ਹਕੂਮਤ ਵੀ, ਪਾਕਿਸਤਾਨ ਦੀ ਹਕੂਮਤ ਵੀ, ਅਸੀਂ ਚਾਹੁੰਦੇ ਹਾਂ ਕਿ ਉਸ ਪੂਰੇ ਕੋਰੀਡੋਰ ਦੇ ਜਿਹੜੇ ਤੁਹਾਡੇ ਜਿੰਨੇ ਵੀ ਮਕਾਮਾਂ ਅਤੇ ਮੁਕੱਦਸਾਂ ਨੇ, ਅਸੀਂ ਉਹਨਾਂ ਨੂੰ ਡਿਵੈਲਪ ਕਰੀਏ। ਅਸੀਂ ਉਹਨਾਂ ਦੇ ਇਰਦ ਗਿਰਦ ਕੋਈ ਰਹਿਣ ਦੀ ਕੋਈ ਅੱਛੀ ਫੈਸਿਲਿਟੀਜ਼ ਅੱਛੀ ਦਈਏ, ਟਰਾਂਸਪੋਰਟ ਦੀ, ਸਿਕਿਉਰਿਟੀ ਦੀ, ਤੁਹਾਨੂੰ ਤੁਹਾਡੀ ਸੇਫਟੀ ਦੀ ਪੂਰੇ ਇੰਤਜ਼ਾਮਾਤ ਕਰੀਏ। ਤਾਂ ਇਨਸ਼ਾਅੱਲਾ ਅਸੀਂ ਉਹ ਜ਼ਰੂਰ ਕਰਾਂਗੇ। ਔਰ ਜਿੰਨੇ ਸਿੱਖ ਮੇਰੇ ਭਾਈ ਭੈਣ, ਦੁਨੀਆ ਮੇ ਬਜ਼ੁਰਗ ਜੋ ਸੁਣ ਰਹੇ ਹੈ, ਆਪਕੇ ਲਈ ਆਪਕੇ ਮਕਾਮਾਤ ਮੁਕੱਦਸ ਔਰ ਪਾਕਿਸਤਾਨ ਕੀ ਧਰਤੀ ਕੇ ਦਰਵਾਜ਼ੇ ਖੁੱਲ੍ਹੇ ਹੈ, ਤੁਹਾਡੇ ਵਾਸਤੇ ਸਾਰੇ ਦਰਵਾਜ਼ੇ ਖੁੱਲ੍ਹੇ ਨੇ, ਤੁਸੀਂ ਆਓ, ਜਮ ਜਮ ਆਓ ਅਤੇ ਇੱਥੇ ਆ ਕੇ ਆਪਣਾ ਦੇਖੋ, ਰਵੋ, ਖੁਸ਼ੀਆਂ ਮਨਾਓ, ਅਸੀਂ ਤੁਹਾਡੇ ਨਾਲ ਹਾਂ। ਔਰ ਮੇਰੀ ਪੂਰੀ ਕੋਸ਼ਿਸ਼ ਹੋਵੇਗੀ ਕਿ ਮੇਰੀ ਹਕੂਮਤ ਅਤੇ ਮੈਂ ਪੂਰੀ ਤਰ੍ਹਾਂ ਤੁਹਾਨੂੰ ਤੁਹਾਡੀ ਦੇਖਭਾਲ ਕਰੀਏ, ਤੁਹਾਨੂੰ ਪੂਰੀ ਇੱਜ਼ਤ ਦੇ ਨਾਲ ਲੈ ਕੇ ਆਈਏ ਅਤੇ ਵਾਪਸ ਬਾਰਡਰ 'ਤੇ ਛੱਡ ਕੇ ਆਈਏ। ਮੇਰੀ ਦੁਆ ਹੈ ਕਿ ਤੁਸੀਂ ਸਾਰੇ ਖੈਰ ਨਾਲ ਆਪਣੇ ਘਰ ਜਾਓ, ਖੁਸ਼ੀਆਂ ਦੇ ਨਾਲ ਰਹੋ, ਹੱਸਦੇ ਰਹੋ, ਵੱਸਦੇ ਰਹੋ। ਬੜੀ ਮਿਹਰਬਾਨੀ ਤੁਹਾਡੀ, ਬੜੀ ਖੁਸ਼ੀ ਹੋਈ ਮੈਨੂੰ ਅੱਜ ਆ ਕੇ ਇੱਥੇ। ਬੋਲੇ ਸੋ ਨਿਹਾਲ, ਬਹੁਤ ਬਹੁਤ ਮਿਹਰਬਾਨੀ। ਔਰ ਮੈਂ ਸਿਕਿਉਰਿਟੀ ਕੋ ਔਰ ਆਪਣੇ ਟੀਮ ਕੋ ਇਹ ਕਹਿਣਾ ਚਾਹਤੀ ਹੂੰ ਕਿ ਇਹ ਇਬਾਦਤ ਕੀ ਜਗ੍ਹਾ ਹੈ ਇਨਕੀ, ਤੋ ਇਧਰ ਜ਼ਰਾ ਇਹਤਰਾਮ ਕੋ ਪੇਸ਼ ਨਜ਼ਰ ਰੱਖੇ। ਬਹੁਤ ਮਿਹਰਬਾਨੀ, ਜ਼ਿਆਦਾ ਰਕਸ ਕ੍ਰੀਏਟ ਕਰਨੇ ਕੀ ਜ਼ਰੂਰਤ ਨਹੀਂ ਹੈ। ਬਹੁਤ ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਭਾਰਤੀ ਪੰਜਾਬੀਓ ਕੀ ਤਰ੍ਹਾਂ ਖਾਹਿਸ਼ ਹੈ ਹਮ ਵੀ ਪੰਜਾਬੀ ਫਖਰ ਸੇ ਬੋਲੇ। ਨਵਾਜ਼ ਸ਼ਰੀਫ ਹਮੇਸ਼ਾ ਕਹਤੇ ਹੈ ਹਮਸਾਯੋਂ ਸੇ ਬਿਹਤਰ ਤਾਲੁਕਾਤ ਰੱਖੇ। ਸਿੱਖ ਯਾਤਰੀ ਪਾਕਿਸਤਾਨ ਆਏ ਤੋ ਵੀ ਮੁਝੇ ਨਵਾਜ਼ ਸ਼ਰੀਫ ਯਾਦ ਆਤਾ ਹੈ। ਮਰੀਮ ਨਵਾਜ਼ ਗੁਫ਼ਤਗੂ ਕਰ ਰਹੀ ਥੀ, ਉਨਕੀ ਜਾਨਿਬ ਸੇ ਕਹਾ ਗਯਾ ਜਬ ਸੜਕੇ ਤਰੱਕੀ ਟਰਾਂਸਪੋਰਟ ਸਿਸਟਮ ਦੇਖੇ ਤੋ ਨਵਾਜ਼ ਸ਼ਰੀਫ ਯਾਦ ਆਤਾ ਹੈ। ਸਿੱਖ ਬਰਾਦਰੀ ਕੋ ਮੇਰੀ ਔਰ ਨਵਾਜ਼ ਸ਼ਰੀਫ ਕੀ ਤਰਫ ਸੇ ਖੁਸ਼ ਆਮਦੀਦ। ਮੈਨੇ ਆਜ ਦਰਾਂਤੀ ਕੇ ਸਾਥ ਖੁਦ ਗੰਦਮ ਕੀ ਕਟਾਈ ਕੀ। ਵਜ਼ੀਰ ਆਲਾ ਬਣਨੇ ਪਰ ਭਾਰਤੀ ਪੰਜਾਬ ਸੇ ਵੀ ਮੁਬਾਰਕਬਾਦੇ ਮਿਲੀ। ਪਹਿਲੀ ਖਾਤੂਨ ਵਜ਼ੀਰ ਆਲਾ ਬਣਨੇ ਪਰ ਸਰਹੱਦ ਕੇ ਦੋਨੋ ਤਰਫ ਪੰਜਾਬ ਮੇ ਖੁਸ਼ੀ ਮਨਾਈ ਗਈ। ਸੌ ਨਜ਼ਰੇ ਤੋ ਸੌ ਬਾਤੇ, ਨਯਾ ਦਿਨ ਹੈ, ਆਪਣੇ ਇਰਾਦੇ ਰਿਫਰੈਸ਼ ਕਰ।